ਬਠਿੰਡਾ ਸ਼ਹਿਰ ਵਿੱਚ ਇੱਕ ਅਧਿਆਪਕ ਦੀ ਪਤਨੀ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਵਾਲੇ ਦਿਨ ਆਤਮ ਹੱਤਿਆ ਕਰ ਲਈ। ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦੇ ਦੋਸ਼ ਲਾਏ, ਜਦੋਂ ਕਿ ਪੁਲਿਸ ਵਾਲਿਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਸ਼ਹਿਰ ਵਿੱਚ ਇੱਕ ਅਧਿਆਪਕ ਦੀ ਪਤਨੀ ਨੇ ਆਪਣੇ ਵਿਆਹ ਦੀ ਦੂਜੇ ਵਰ੍ਹੇਗੰਢ ਵਾਲੇ ਦਿਨ ਭੇਦ ਭਰੀ ਹਾਲਤ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਸ਼ਹੀਦ ਭਾਈ ਮਣੀ ਸਿੰਘ ਸਿਵਲ ਹਸਪਤਾਲ ਪੁੱਜੇ ਮ੍ਰਿਤਕ ਲੜਕੀ ਦੇ ਵਾਰਸਾਂ ਨੇ ਲੜਕੀ ਦੇ ਸਹੁਰਾ ਪਰਿਵਾਰ 'ਤੇ ਹੱਤਿਆ ਕਰਨ ਦੇ ਦੋਸ਼ ਲਾਏ। ਮਲੋਟ ਵਾਸੀ ਲੜਕੀ ਦੇ ਵਾਰਸਾਂ ਦਾ ਕਹਿਣਾ ਸੀ ਕਿ 3 ਸਾਲ ਪਹਿਲਾਂ ਉਹਨਾਂ ਆਪਣੀ ਬੇਟੀ ਰੂਬੀ ਗਰਗ ਨੂੰ ਬਠਿੰਡਾ ਸ਼ਹਿਰ ਵਾਸੀ ਪੁਨੀਤ ਨਾਮੀ ਅਧਿਆਪਕ ਨਾਲ ਵਿਆਹ ਕੀਤਾ ਸੀ, ਪਰ ਸਹੁਰਾ ਪਰਿਵਾਰ ਦਾਜ ਲਈ ਤੰਗ ਪਰੇਸ਼ਾਨ ਕਰਦਾ ਸੀ। ਦਾਜ ਨਾ ਮਿਲਣ ਕਰਕੇ ਉਹਨਾਂ ਦੀ ਲੜਕੀ ਦਾ ਕਤਲ ਕਰ ਦਿੱਤਾ। ਸਾਡੇ ਕੋਲ ਕੱਲ੍ਹ ਫੋਨ ਆਇਆ ਜੀ, ਲੜਕੀ ਦਾ ਪੁਨੀਤ ਜੀ ਹੈ ਜੀ, ਕਰਤਾ ਜੀ, ਕਹਿੰਦਾ ਵੀ ਤੁਸੀਂ ਆਪਦੀ ਲੜਕੀ ਨੂੰ ਆ ਕੇ ਲੈ ਜਾਓ ਅਤੇ ਨਹੀਂ ਅਸੀਂ ਮਾਰ ਦਾਂਗੇ ਲੜਕੀ ਨੂੰ। ਅਸੀਂ ਆਖਿਆ ਚਲੋ ਕੋਈ ਗੱਲ ਨਹੀਂ ਜੀ, ਆ ਕੇ ਲੈ ਜਾਂਗੇ ਅਸੀਂ। ਫਿਰ ਉਹਨਾਂ ਦਾ ਸ਼ਾਮੀ ਫੋਨ ਆਉਂਦਾ ਜੀ, ਕਹਿੰਦਾ ਜੀ ਨਾ ਉਹ ਕਹਿੰਦਾ ਸਰ ਗਿਆ ਜੀ, ਇਹ ਦੂਆ ਸਾਡੇ ਕੋਲ ਕੋਈ ਫੋਨ ਨਹੀਂ ਆਇਆ। ਪਹਿਲਾਂ ਸਾਡੇ ਕੋਲ ਫੋਨ ਆਉਂਦੇ ਰਹਿੰਦੇ ਸੀਗੇ ਜੀ, ਦਾਜ ਵਗੈਰਾ ਵਾਸਤੇ ਵੀ ਸਾਨੂੰ ਰੁਪਈਏ ਚਾਹੀਦੇ ਆ ਜੀ। ਕਦੇ ਕੋਈ ਚੀਜ਼ ਆਈਟਮ ਭੇਜਦੇ ਸੀ ਉਹ ਪਸੰਦ ਨਹੀਂ ਆਉਂਦੀ ਸੀ ਜੀ ਇਹਨਾਂ ਦੇ, ਕਦੇ ਕੁਛ ਡਿਮਾਂਡ ਕਰਦੇ ਸੀ, ਕਦੇ ਕੋਈ ਡਿਮਾਂਡ ਕਰਦੇ ਸੀਗੇ ਜੀ। 15 ਕੁ ਦਿਨ ਹੋ ਗਏ ਜਾ ਕੇ ਵੀ ਆਏ, ਉਹਦੇ ਇਹਨਾਂ ਨੇ ਲੜਕੀ ਕੁੱਟੀ ਹੈ ਜੀ, ਗੱਲਾਂ ਗੁੱਲਾਂ ਸੁੱਜੀਆਂ ਪਈਆਂ ਸੀਗੀਆਂ ਜੀ, ਉਹਦੀ ਬਹੁਤ ਜ਼ਿਆਦਾ ਕੁੱਟੀ ਹੈ ਲੜਕੀ। ਬਸ ਸਾਡੇ ਕੋਲ ਕੱਲ੍ਹ ਫੋਨ ਆਇਆ ਜੀ ਲਾਸਟ, ਉਹ ਤੋਂ ਬਾਅਦ ਸਾਡੇ ਕੋਲ ਸੁਬਹਾ ਫੋਨ ਆਇਆ ਜੀ ਵੀ ਕੁੜੀ ਦੀ ਡੈਥ ਹੋ ਗਈ। ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਲੜਕੀ ਦੇ ਫਾਹਾ ਲੈ ਕੇ ਆਤਮ ਹੱਤਿਆ ਬਾਰੇ ਉਹਨਾਂ ਨੂੰ ਪਤਾ ਲੱਗਿਆ, ਉਹ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨਗੇ। ਸਾਨੂੰ ਇੱਕ ਇਨਫੋਰਮੇਸ਼ਨ ਗਈ ਸੀਗੀ ਇੱਥੋਂ ਹਸਪਤਾਲ ਦੇ ਵਿੱਚੋਂ, ਇੱਕ ਲੇਡੀ ਰੂਬੀ ਦੀ ਹੈ, ਵਾਈਫ ਆਫ ਪੁਨੀਤ ਹੈ ਜਿਹੜਾ ਨਵੀਂ ਬਸਤੀ ਦੀ ਰਹਿਣ ਵਾਲੀ ਹੈ ਬਠਿੰਡੇ ਦੀ, ਉਹਦੀ ਡੈੱਡ ਬੋਡੀ ਸਿਵਲ ਹਸਪਤਾਲ 'ਚ ਆਈ ਹੈ। ਇੱਥੇ ਆਏ ਹਾਂ ਅਸੀਂ, ਉਹਦੀ ਮੈਂ ਡੈੱਡ ਬੋਡੀ ਦੇਖੀ ਹੈ, ਉਹਦੇ ਪੇਰੈਂਟਸ ਨੂੰ ਬੁਲਾਇਆ ਹੋਇਆ, ਜੋ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ।